ਹਾਂਜੀ ਕੱਦਾ ਸਾਰੇ ਤੇ ਸਾਰਿਆਂ ਸਸਰੀਕਾਲ ਜੀ ਤੇ ਵੀਡੀਓ ਆ ਜੀ ਸਾਰੇ ਪਾਸੇ ਸ਼ੇਅਰ ਕਰ ਦਿਓ ਚਲਦੀ ਚਲਦੀ ਤੁਹਾਨੂੰ ਦੋ ਚਾਰ ਗੱਲਾਂ ਦਿਲ ਦੀਆਂ ਵੀ ਸਾਂਝੀ ਕਰਨੀਆਂ ਸ਼ੁਰੂ ਕਰਦੇ ਆ ਜੀ ਅੱਜ ਦੇ ਦਿਨ ਅੱਜ ਦੇ ਦਿਨ ਮਹਾਰਾਣੀ ਅੰਮ੍ਰਿਤਕੌਰ ਦਾ ਜਨਮ ਹੋਇਆ ਸੀ ਉਹ ਕੌਣ ਸੀ ਏਮਸ ਹਸਪੀਟਲ ਭਾਰਤ ਦਾ ਸਭ ਤੋਂ ਵੱਡਾ ਹੈ ਜੀ ਉਹ ਉਹਨਾਂ ਦੇ ਕਰਕੇ ਚਾਲੂ ਹੋਇਆ ਸੀ ਸ਼ੁਰੂ ਹੋਇਆ ਸੀ ਭਾਰਤ ਦੇ ਪਹਿਲੇ ਹੈਲਥ ਮਿਨਿਸਟਰ ਹੋਏ ਆ ਉਹਨਾਂ ਦੇ ਤੱਥ ਦੱਸਦਾ ਆ ਜੀ ਤੇ ਡੈਨਮਾਰਕ ਯੂਰਪ ਦੀ ਪਹਿਲੀ ਕੰਟਰੀ ਬਣ ਗਿਆ ਜਿਹੜੇ ਕਹਿੰਦੇ ਕੋਰੋਨਾ ਹੈ ਨਹੀਂਗਾ ਇਦਾਂ ਹੀ ਜੀਣਾ ਪੈਣਾ ਤੁਹਾਨੂੰ ਕੋਈ ਰੈਸਟ੍ਰਿਕਸ਼ਨ ਨਹੀਂ ਕੋਈ ਮਾਸਕ ਨਹੀਂ ਲਾਉਣਾ ਪੈਣਾ ਕੋਈ ਪਾਸ ਨਹੀਂ ਦਿਖਾਉਣਾ ਪੈਣਾ ਕਿਸੇ ਰੈਸਟੋਰੈਂਟ ਤੇ ਜਾਣ ਲਈ ਡੈਨਮਾਰਕ ਯੂਰਪ ਦਾ ਪਹਿਲਾ ਦੇਸ਼ ਹੋ ਗਿਆ ਤੁਸੀਂ ਵੀ ਕਮੈਂਟਾਂ 'ਚ ਲਿਖਿਓ ਕੋਰੋਨਾ ਹੈਗਾ ਆ ਜੈਸੌਰ ਨੋ ਤੁਸੀਂ ਵੀ ਲਿਖ ਸਕਦੇ ਆ ਸੋ ਡੈਨਮਾਰਕ ਨੇ ਸਾਰੇ ਕੋ ਚੱਕਤਾ ਆ ਜਿੱਦਾਂ ਆਮ ਜ਼ਿੰਦਗੀ ਸੀ ਇਦਾਂ ਹੀ ਹੁਣ ਡੈਨਮਾਰਕ 'ਚ ਹੋਇਆ ਕਰਦੀ ਆ ਤੇ ਅੱਜ ਦੇ ਦਿਨ ਅੱਜ ਪਹਿਲੀ ਤਰੀਕਾ 31 ਜਨਵਰੀ 1950 ਨੂੰ ਅਮਰੀਕਾ ਦੇ ਰਾਸ਼ਟਰਪਤੀ ਹੈਰੀ ਐਸ ਟਰੂਮਨ ਨੇ ਕਿਹਾ ਸੀ ਕਿ ਅਮਰੀਕਾ ਹਾਈਡਰੋਜਨ ਬੰਬ ਤਿਆਰ ਕਰ ਰਿਹਾ ਆ ਉਹ ਕੀ ਸੀ ਉਹ ਵੀ ਦੱਸਦੇ ਆ ਤੇ ਹੋਰ ਵੀ ਦੀਨ ਦੁਨੀਆਦਾਰੀ ਦੀਆਂ ਗੱਲਾਂ ਥੋੜਾ ਆਪਣਾ ਵੀ ਦੱਸਦੇ ਆ ਆਪਣੀ ਰੀਚ ਬਹੁਤ ਜ਼ਿਆਦਾ ਘਟ ਗਈ ਆ ਤੇ ਪਹਿਲਾਂ ਸ਼ੁਰੂ ਕਰਦੇ ਆ ਜੀ ਤੇ ਸੱਚ ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਜੀ ਨੇ ਐਲਾਨ ਕਰ ਦਿੱਤਾ 85 ਮਿਲੀਅਨ ਡਾਲਰ ਖਰਚਿਆ ਜਾ ਰਿਹਾ ਆ ਕਿਉਂਕਿ ਕਰੋਨਾ ਕਰਕੇ 15 ਲੱਖ ਫਾਈਲਾਂ ਦਾ ਬੈਕਲੌਗ ਹੋ ਗਿਆ ਸੀ ਉਹ ਸਾਰੀਆਂ ਕਦੋਂ ਹੁਣ ਪੂਰੀਆਂ ਹੋਈਆਂ ਕਿਹੜੀਆਂ ਨੀਤੀਆਂ ਆ ਰਹੀਆਂ ਕੈਨੇਡਾ ਦੀਆਂ ਉਹ ਵੀ ਤੁਹਾਨੂੰ ਦਿਖਾਉਣੇ ਆ ਆਪਣਾ ਟੈਲੀਗ੍ਰam ਗਰੁੱਪੋ ਜੁਆਇਨ ਕਰ ਲਓ ਉੱਚ ਮੈਂ ਪੋਸਟ ਕਰੀ ਜਾਂਦਾ ਆ ਸਾਰੇ ਲਿੰਕ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਤੁਹਾਡਾ ਹੀ ਫਾਇਦਾ ਆ ਨਹੀਂ ਕਰਨਾ ਨਾ ਕਰੋ ਮੇਰਾ ਕੁਝ ਨਹੀਂ ਜਾਣਾ ਉੱਥੇ ਮੈਂ ਸਾਰੇ ਲਿੰਕ ਪਾ ਦਿੰਨਾ ਵੀ ਕੀ ਕੀ ਕੈਨੇਡਾ ਆਉਣ ਲਈ ਚਾਹੀਦਾ ਹੈ ਤੇ ਸ਼ੁਰੂ ਕਰਦੇ ਆ ਜੀ ਫੋਟੋਆਂ ਦਿਖਾ ਕੇ ਸਾਰੇ ਪਾਸੇ ਤੁਸੀਂ ਵੀ ਸ਼ੇਅਰ ਕਰ ਦਿਓ ਤੇ ਆਜੋ ਸ਼ੁਰੂ ਕਰਦੇ ਆ ਜੀ ਅੱਜ ਦੇ ਤੱਥ ਤੇ ਬਾਅਦ ਚ ਮੁੜ ਕੇ ਇੱਥੇ ਆ ਕੇ ਫੇਰ ਦੋ ਚਾਰ ਤੁਹਾਨੂੰ ਕਰਦਾ ਹਾਂ ਜੀ ਸੋ ਸੋ ਪਹਿਲਾਂ ਕੈਨੇਡਾ ਦੀ ਗੱਲ ਕਰ ਲੈਂਦੇ ਆ ਹਨਾ ਸੋ ਬਾਕੀ ਤੱਥ ਵੀ ਦਿਖਾਉਣਾ ਮਹਾਰਾਣੀ ਅਮਰਤ ਕੌਰ ਤੇ ਤੇ ਮਹਾਰਾਣੀ ਅਮਰਤ ਕੌਰ ਜੀ 크ਿਸਚਨ ਹੋ ਗਏ ਸੀ ਉਹ ਕਿੱਦਾਂ ਤੇ ਲਓ ਜੀ ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਜੀ ਨੇ ਕਰਤਾ ਆ 509 ਨਵੇਂ ਲੋਕ ਭਰਤੀ ਕੀਤੇ ਇਮੀਗ੍ਰੇਸ਼ਨ ਚ ਇਹਨਾਂ ਨੇ ਇੱਕ ਲਿੰਕ ਵੀ ਪਾਇਆ ਜਿਹੜਾ ਕਿ ਜਿੱਥੋਂ ਤੁਸੀਂ ਪੜ ਸਕਦੇ ਆ ਕਿੰਨੇ ਲੋਕ ਆਉਣੇ ਕਿਹੜੇ ਬੇਸ ਤੇ ਆਉਣੇ ਕੀ ਕੀ ਚਾਹੀਦਾ ਉਹ ਮੈਂ ਟੈਲੀਗ੍ਰਾਮ ਗਰੁੱਪ ਚ ਪਾਤਾ ਆ ਉਹਦਾ ਮੈਂ ਲਿੰਕ ਦੇ ਦੇਣਾ ਦੇਖ ਸਕਦੇ ਆ ਜੀ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਜੀ ਨੇ ਕਹਿਤਾ ਆ 509 ਨਵੇਂ ਲੋਕ ਤੇ 85 ਮਿਲੀਅਨ ਡਾਲਰ 85 ਮਿਲੀਅਨ ਤੋਂ ਚੇਤੇ ਆਇਆ ਭਰਾਵੋ 1998 ਦੀ ਇੱਕ ਇਮਾਰਤ ਸੀਗੀ ਸਰੀ ਚ ਤਿਆਰ ਹੋਈ ਉਹ ਕਿਸੇ ਨੇ ਨਹੀਂ ਲਈ ਸੀ ਇੱਕ ਪੰਜਾਬੀ ਨੇ ਲਈ 60 ਮਿਲੀਅਨ ਡਾਲਰ ਦੀ 500 ਕਰੋੜ ਰੁਪਏ ਦੀ ਉਹ ਇਮਾਰਤ 30 ਸਾਲ ਹੋ ਗਿਆ ਤਿਆਰ ਹੋਈ ਨੂੰ ਕਿਸੇ ਨੇ ਨਹੀਂ ਲਈ ਪੰਜਾਬੀ ਨੇ ਲਈ ਤੇ ਕੰਮ ਕੀ ਕਰਦਾ ਸੀ ਬਾਈ ਦੋ ਗਮਾਂ ਚ ਇੱਥੇ ਦਾ ਪੈਸਾ ਆ ਐਲ ਐਮਓ ਵੇਚਦਾ ਸੀ ਤੇ ਇੱਕ ਕੰਮ ਆ ਜੀ ਜਿਹੜੇ ਘਰ ਵੇਚਦੇ ਦੋ ਹੀ ਪੈਸੇ ਕਮਾਉਂਦੇ ਬਾਕੀ ਜਿਨ੍ਹਾਂ ਦੇ ਆਪਣੇ ਕੰਮ ਆ ਉਹ ਕਮਾਈ ਕਰਦੇ ਬਾਈ ਜੀ 500 ਕਰੋੜ ਰੁਪਏ ਦੀ ਇਮਾਰਤ ਲਈ ਹੈ ਇੱਕ ਪੰਜਾਬੀ ਨੇ ਸਰੀ ਚ ਪਿਛਲੇ 1998 ਦੀ ਤਿਆਰ ਹੋਈ ਉਹ ਕਿਸੇ ਨੇ ਲਈ ਨਹੀਂ ਸੀ 500 ਕਰੋੜ ਰੁਪਏ ਦੀ ਲੈ ਮੋ ਵੇਚ ਵੇਚ ਕੇ ਬਹੁਤ ਹਕਮਾਂ ਦੇ ਭਰਾਓ ਇਮੀਗ੍ਰੇਸ਼ਨ ਵਾਲੇ ਮੈਂ ਵੀ ਇਹੀ ਕੋਰਸ ਕਰਸ ਕਰਾ ਐਦਾਂ ਤਾਂ ਔਖਾ ਹਾਂਜੀ ਤੇ ਸ਼ੁਰੂ ਕਰਦੇ ਆ ਜੀ ਤੇ ਆਪਣੇ ਹਾਈਡਰੋਜਨ ਬੰਬ ਦਾ ਵੀ ਦਿਖਾਉਨੇ ਆ ਤੇ ਪਹਿਲਾਂ ਅੰਮ੍ਰਿਤਕੌਰ ਦਾ ਸ਼ੁਰੂ ਕਰਦੇ ਆ ਇਹ ਸੀ ਜੀ ਮਹਾਰਾਣੀ ਅੰਮ੍ਰਿਤਕੌਰ ਆਪਣੇ ਕਪੂਸਲੇ ਦੇ ਜੱਸਾ ਸਿੰਘ ਗਾਲੂਵਾਲੀਏ ਦੇ ਪਰਿਵਾਰ ਚੋਂ ਉਹਨਾਂ ਦੇ ਗਾਂ ਰਣਧੀਰ ਸਿੰਘ ਗਾਲੂਵਾਲੀਏ ਜਿਹੜਾ ਸੀ ਉਹਨਾਂ ਦਾ ਸੁਪੁੱਤਰ ਸੀ ਜਿਹੜੇ ਉਹਨਾਂ ਦੀ ਇਹ ਧੀ ਰਾਣੀ ਸੀ ਮਹਾਰਾਣੀ ਅੰਮ੍ਰਿਤਕੌਰ ਗਾਂਧੀ ਦੀ ਸੈਕਟਰੀ ਰਹੀ 10-12 ਸਾਲ ਦੇਖ ਸਕਦੇ ਗਾਂਧੀ ਠਰਕੀ ਸਿਰੇ ਦਾ ਆਲੇ ਦੁਆਲੇ 2-4 ਜੱਤਕ ਜਨਾਨੀਆਂ ਨਹੀਂ ਸੀ ਹੁੰਦੀਆਂ ਇਹ ਤੋਂ ਪੈਰ ਨਹੀਂ ਸੀ ਪੱਟ ਹੁੰਦਾ ਮੰਜੇ ਤੋਂ ਕਹਾ ਬਾਪੂ ਮੋਦੀ ਦਾ ਹਾਂਜੀ ਦੇਸ਼ ਆਲੇ ਜਿਹੜੇ ਇਹਨੂੰ ਬਾਪੂ ਕਹਿੰਦੇ ਕਈ ਜਣ ਆਪਣਾ ਠਰਕੀ ਕਹਿ ਇਦੀ ਬੱਕਰੀ ਨਿਰਮਲਾ ਇੰਗਲੈਂਡ ਚ ਝੂਡੇ ਮਾਟੇ ਲੈ ਆਈ ਸੀ ਆਪਾਂ ਐਵੇਂ ਹੀ ਤੁਰੇ ਫਿਰਦੇ ਮਹਾਰਾਣੀ ਅਮਰਤ ਕੌਰ ਦਾ ਜਨਮ ਹੋਇਆ ਸੀ ਬਾਈ ਜੀ ਕਪੂਰਸਲੇ ਦੇ ਜਿਹੜੇ ਆਪਣੇ ਰਣਧੀਰ ਸਿੰਘ ਜੀ ਦੇ ਸੁਪੁੱਤਰ ਸੀ ਉਹਨਾਂ ਦੇ ਘਰੇ ਹੈਨਾ ਰਣਧੀਰ ਆਪਣੇ ਹਰਨਾਮ ਸਿੰਘ ਦੇ ਘਰੇ ਹੈਨਾ ਤੇ ਇਹਨਾਂ ਦੇ 8-9 7-8 ਭਰਾ ਸੀਗੇ ਤੇ ਇਹ ਸੀਗੇ ਤੇ ਉੱਥੇ ਕਪੂਰਸਲੇ ਦੇ ਰਾਜਪਾਗ ਚ ਪੰਗਾ ਪੈ ਗਿਆ ਸੀ ਇਸ ਲਈ ਇਹਨਾਂ ਦੇ ਪਿਤਾ ਜੀ ਛੱਡ ਕੇ ਅੰਦਰ ਲਖਨਊ ਸਾਈਡ ਆ ਗਏ ਸੀ ਲਖਨਊ ਚ ਇਹਨਾਂ ਦਾ ਜਨਮ ਹੋਇਆ ਸੀ ਤੇ ਉੱਥੇ ਇੱਕ ਗੋਖਲਨਾਥ ਪੱਟਾਚਾਰੀਆਂ ਨਾਂ ਦਾ ਬੰਦਾ ਮਿਲਿਆ ਉਹਨਾਂ ਨੇ ਅਮਰਤ ਕੌਰ ਦੇ ਪਿਤਾ ਉਨ ਕਨਵਿਸ ਕਰਕੇ ਉਹਨਾਂ ਨੂੰ 크ਰਿਸਚੀਅਨ ਕਰਤਾ ਤੇ ਪੱਟਾਚਾਰੀਆਂ ਨੇ ਆਪਣੀ ਕੁੜੀ ਵਿਆਹਤੀ ਸੀ ਇਹਨਾਂ ਦੇ ਪਿਤਾ ਜੀ ਨਾਲ ਪਰਸੀਲਾ ਤੇ ਪਰਸੀਲਾ ਜਿਹੜੀ ਉਹ ਵੀ 크ਰਿਸਚੀਅਨ ਸੀ ਸੋ ਇਹਨਾਂ ਦੇ ਪਿਤਾ ਜੀ ਵੀ ਸਿੱਖ ਧਰਮ ਛੱਡ ਕੇ 크ਰਿਸਚੀਅਨ ਹੋ ਗਏ ਸੀਗੇ ਹਨਾ ਸੋ ਜਿਹੜਾ ਐਮਸ ਹਸਪੀਟਲ ਆ ਭਾਰਤ ਦਾ ਸਭ ਤੋਂ ਵੱਡਾ ਤੇ ਮਸ਼ਹੂਰ ਇਹਨਾਂ ਨੇ ਤਿਆਰ ਕੀਤਾ ਸੋ ਇਹਨਾਂ ਨੇ ਆਪਣਾ ਪੈਸਾ ਵੀ ਲਾਇਆ ਸੀ ਭਾਰਤ ਦੇ ਪਹਿਲੇ ਹੈਲਥ ਮਿਨਿਸਟਰ ਵੀ ਅਮਰਤ ਕੌਰ ਸੀਗੇ ਟਾਈਮ ਮੈਗਜ਼ੀਨ ਤੁਹਾਨੂੰ ਪਤਾ ਦੁਨੀਆ ਦੀਆਂ 100 ਸਭ ਤੋਂ ਤਾਕਤਵਰ ਮਹਿਲਾਵਾਂ ਚੋਂ ਇੱਕ ਇਹਨਾਂ ਦਾ ਵੀ ਨਾਂ ਆਇਆ ਸੀ ਦੇਖ ਸਕਦੇ ਆ ਜੀ ਸੋ ਇਹਨਾਂ ਦੇ ਪਿਤਾ ਜੀ 크ਰਿਸਚੀਅਨ ਹੋ ਗਏ ਸੀ ਹਨਾ ਤੇ 크ਰਿਸਚੀਅਨ ਔਰਤ ਨਾਲ ਹੀ ਵਿਆਹ ਕਰ ਲਿਆ ਸੀਗਾ ਸੋ ਗੋਖਲਨਾਥ ਪੱਟਾਚਾਰੀ ਕਮਿਸ਼ਨਰੀ ਸੀ ਉਸਨੇ ਕਨਵਿੰਸ ਕਰ ਲਿਆ ਸੀ ਇਹਨਾਂ ਦੇ ਪਿਤਾ ਜੀ ਕਬੂਰਸਲਾ ਰਿਆਸਤ ਛੱਡ ਕੇ ਇਧਰ ਲਖਨਊ ਆ ਲੱਗੇ ਸੀਗੇ ਹਨਾ ਸੋ ਕਿਉਂਕਿ ਉੱਥੇ ਪੰਗਾ ਪੈ ਗਿਆ ਸੀਗਾ ਰਿਆਸਤਾਂ ਦੇ ਤੁਹਾਨੂੰ ਪਤਾ ਹੀ ਆ ਆ ਦੇਖ ਸਕਦੇ ਐਮਸ ਹਸਪੀਟਲ ਸਭ ਨੂੰ ਪਤਾ ਭਾਰਤ ਵਾਸੀਆਂ ਨੂੰ ਇਹਦਾ ਬਿੱ ਸਵਾਲ ਚ ਲੈ ਆਂਦਾ ਸੀਗਾ 1956 ਚ ਤੇ ਇਹਨਾਂ ਨੇ ਦੇਖ ਸਕਦੇ ਆ ਰੇジング ਫੰਡ ਪੈਸਾ ਕਿੱਥੋਂ ਕਿੱਥੋਂ ਇਹਨਾਂ ਨੇ ਇਕੱਠਾ ਕੀਤਾ ਨਿਊਜ਼ੀਲੈਂਡ ਆਸਟ੍ਰੇਲੀਆ ਜਰਮਨੀ ਸਵੀਡਨ ਅਮਰੀਕਾ ਤੋਂ ਹਨਾ ਤੇ ਇਹਨਾਂ ਦੇ ਜਿਹੜੇ ਭਰਾ ਆ ਇਹਨਾਂ ਨੇ ਆਪਣੀਆਂ ਪ੍ਰਾਪਰਟੀਆਂ ਵੇਚ ਕੇ ਬਾਈ ਜੀ ਜਿਹੜਾ ਹਮਸ ਹਸਪੀਟਲ ਆ ਉਹ ਤਿਆਰ ਕੀਤਾ ਸੀਗਾ ਹਨਾ ਰਾਣੀ ਅਮਰਤ ਕੌਰ ਇਹਨਾਂ ਦੇ ਪੂਰਾ ਦੱਸੂਗਾ ਕਿਸੇ ਦਿਨ ਬਿਹਲੇ ਟਾਈਮ ਤੇ ਬਾਕੀ ਬਾਈ ਜੀ ਡੈਨਮਾਰਕ ਯੂਰਪ ਦਾ ਅਜੀਹਾ ਦੇਸ਼ ਹੋ ਗਿਆ ਜਿਨ੍ਹਾਂ ਨੇ ਕਹਿਤਾ ਬਾਈ ਜੀ ਕੋਈ ਕਰੋਨਾ ਨਹੀਂ ਕੋਈ ਮਾਸਕ ਲਾਉਣ ਦੀ ਲੋੜ ਨਹੀਂ ਕਿਸੇ ਰੈਸਟੋਰੈਂਟ ਵਿੱਚ ਕੋਈ ਬਸ ਪਾਸ ਦਿਖਾਉਣ ਦੀ ਪ ਕਰੋਨਾ ਪਾਸ ਦਿਖਾਉਣ ਦੀ ਲੋੜ ਨਹੀਂ ਜਿੱਦਾਂ ਜ਼ਿੰਦਗੀ ਕਰੋਨਾ ਤੋਂ ਪਹਿਲਾਂ ਸੀ ਉਦਾਂ ਹੀ ਹੋ ਗਈ ਆ ਜੀ ਜਰਮਨੀਆਂ ਦਾ ਪਹਿਲਾ ਦੇਸ਼ ਹੋ ਗਿਆ ਤੁਸੀਂ ਵੀ ਕਮੈਂਟਾਂ ਵਿੱਚ ਲਿਖਿਓ ਕਰੋਨਾ ਹੈਗਾ ਜਾਂ ਮੈਂ ਤਾਂ حسابਤਾਬ ਲਾਇਆ ਭਾਵੇਂ ਲੋਕਾਂ ਨੇ ਚਾਰ ਚਾਰ ਟੀਕੇ ਲਵਾ ਲੈ ਤਾਂ ਵੀ ਉਹਨਾਂ ਨੂੰ ਹੋਈ ਜਾਂਦਾ ਇਹ ਤਾਂ ਇਦਾਂ ਹੀ ਜੀਣਾ ਪੈਣਾ ਬਾਈ ਜੀ ਇਹਦੇ ਨਾਲ ਹੀ ਜ਼ਿੰਦਗੀ ਕੱਟਣੀ ਪੈਣੀ ਆ ਤੁਸੀਂ ਦੱਸਿਓ ਕਰੋਨਾ ਹੈਗਾ ਜਾਂ ਜੈਸ ਔਰ ਨੋ ਜਦ ਜੇ ਤਾਂ ਕਰੋਨਾ ਹੈਗਾ ਸੱਚੀ ਜੈਸ ਲਿਖਿਓ ਜੇ ਲੱਗਦਾ ਨਹੀਂ ਹੈ ਤਾਂ ਨੋ ਲਿਖ ਦਿਓ ਜੀ ਤੇ ਹੋਰ ਦਿਖਾਉਨੇ ਆ ਜੀ ਦੀਨ ਦੁਨੀਆਦਾਰੀ ਚ ਕੀ ਹੋ ਰਿਹਾ ਤੇ ਆਪਣੇ ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਜੀ ਨੇ ਜਿਹੜਾ ਦੱਸਿਆ ਹਨਾ ਦੇਖ ਸਕਦੇ ਆ ਰਿਟਰਨ ਟੂ ਸਰਵਿਸ ਸਟੈਂਡਰਡ ਬਾਈ ਐਂਡ ਆਫ ਦਾ ਯਰ ਸਟਡੀ ਪਰਮਿਟ ਵਰਕ ਪਰਮਿਟ ਪੀਆਰ ਟੂਰਿਸਟ ਸਾਰਿਆਂ ਦਾ ਇਹਨਾਂ ਦੀਆਂ ਐਪਲੀਕੇਸ਼ਨਾਂ ਟੈਂਪੋ ਸੀ ਇਹਨਾਂ ਨੂੰ ਵੀ ਪਤਾ ਸਰਕਾਰਾਂ ਨੂੰ ਵੀ ਟਾਈਮ ਜ਼ਿਆਦਾ ਹੋ ਰਿਹਾ ਕਰੋਨੇ ਕਰਕੇ ਸੋ ਨਵਾਂ ਸਟਾਫ ਭਰਤੀ ਕੀਤਾ 85 ਮਿਲੀਅਨ ਡਾਲਰ ਇਹਨਾਂ ਨੇ ਖਰਚੇ ਆ ਹੁਣ ਐਪਲੀਕੇਸ਼ਨਾਂ ਤੇਜ਼ੀ ਨਾਲ ਪ੍ਰੋਸੈਸ ਹੋਣਗੀਆਂ ਜਿਨ੍ਹਾਂ ਦੇ ਕੁੜੀਆਂ ਦੇ ਘਰ ਵਾਲੇ ਪਿੱਛੇ ਇੰਡੀਆ ਆ ਚਲੋ ਜਿਨ੍ਹਾਂ ਨੇ ਮਗਾਉਣਾ ਮਤਲਬ ਰੌਲਾ ਪਾਇਆ ਸੀ ਇੱਥੇ ਸਰੀਦੋ ਵੀ ਕਹਿੰਦੇ ਜੀ ਅਚੀ ਤਾਂ ਬਿਆਨਤ ਕਾਰ ਰਿਪੋਰਟ ਕਰ ਦੇਣੀ ਆ ਹੋਈ ਬਿਆਨਤ ਕਾਰ ਰਿਪੋਰਟ ਕੁਝ ਨਹੀਂ ਹੁੰਦਾ ਸਭ ਲਾਈਕਾਂ ਦੇ ਭੁੱਖੇ ਸੀ ਬੜਾ ਰੌਲਾ ਪਾਉਂਦੇ ਸੀ ਇਨਸਾਫ ਦੀ ਦਵਾਵਾਂਗੇ ਲਾਪਰੀ ਦੇ ਮਾਪਿਆਂ ਨੂੰ ਪੁੱਛਦਾ ਹੁਣ ਕੋਈ ਉਹ ਭਰਾਵੋ ਸਭ ਇੱਥੇ ਵਿਊ ਦਾ ਵਿਊਆਂ ਦੇ ਚੱਕਰ ਆ ਪੈਸੇ ਦੀਆਂ ਗੇ ਮਾਈਆਂ ਹੁਣ ਦੱਸੋ ਤਾਂ ਕਿਸੇ ਨੇ ਕਰਾਈ ਬਿਆਨਤ ਕਾਰ ਰਿਪੋਰਟ ਕੁਝ ਨਹੀਂ ਹੁੰਦਾ ਇੱਥੇ ਭੁੱਲ ਜਾਓ ਭਰਾਵੋ ਇੱਥੇ ਇੱਥੇ ਦਾ ਬੰਦੇ ਕਤਲ ਕਰਕੇ ਭੱਜ ਜਾਂਦੇ ਹੋ ਨਹੀਂ ਕਿਸੇ ਨੂੰ ਡਿਪੋਰਟ ਹੁੰਦੇ ਤੁਸੀਂ ਬਿਆਨਤ ਕਾਰ ਨੂੰ ਰਿਪੋਰਟ ਭਾਲਦੇ ਉਹ ਡਿਪੋਰਟ ਹਾਂਜੀ ਤੇ ਆ ਜਿਹੜਾ ਕੈਨੇਡਾ ਦੀ ਸਰਕਾਰ ਦੀਆਂ ਨਵੀਆਂ ਨੀਤੀਆਂ ਉਹਦੇ ਲਿੰਕ ਮੈਂ ਟੈਲੀਗ੍ਰਾਮ 'ਚ ਪਾਤਾ ਉਹ ਤੁਸੀਂ ਕਿੱਦਾਂ ਦੇਖ ਸਕਦੇ ਹੋ ਵੀ ਦਿਖਾ ਦੇਣਾ ਸੋ ਆਪਣੇ ਕੈਨੇਡਾ ਦੇ ਵੀ ਜੀ ਹੋਣ ਠਾ 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 ਹੋ ਜਾਣੀਆਂ ਬਾਈ ਜੀ ਕਰੋਨਾ ਕਰਕੇ ਲੇਟ ਹੋ ਰਿਹਾ ਸੀ ਤੇ ਹੋਰ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਅੱਜ ਦੇ ਦਿਨ ਹੈਰੀ ਐਸ ਟਰੂਮੈਨ ਅਮਰੀਕਾ ਦਾ ਰਾਸ਼ਟਰਪਤੀ ਅਪ੍ਰੈਲ ਚੋਂ ਰਾਸ਼ਟਰਪਤੀ ਹੋਇਆ ਤੇ ਅਗਸਤ ਚ ਪਤੰਦਰ ਨੇ ਬੰਬ ਸਿੱਟਤੇ ਸੀ ਜਪਾਨ ਤੇ ਹਿਰੋਸ਼ੀਮਾ ਨਾਗਾ ਸਾਗੀ ਸਭ ਨੂੰ ਪਤਾ ਤੇ ਅੱਜ ਦੇ ਦਿਨ 1950 ਚ ਟਰੂਮੈਨ ਨੇ ਸਾਰੀ ਦੁਨੀਆ ਸਾਹਮਣੇ মিডিਆ ਸਾਹਮਣੇ ਕਹਿਤਾ ਸੀ ਵੀ ਆਪਾਂ ਬੰਬ ਤਿਆਰ ਕਰ ਰਹੇ ਆਂ ਹਾਈਡਰੋਜਨ ਬੰਬ ਸੋ ਕਿਸੇ ਵੀ ਦੇਸ਼ ਕੋ ਹੈ ਨਹੀਂ ਸੀਗਾ ਸੋ ਮਾਈਕ ਉਸ ਦਾ ਨਾਂ ਸੀ 1 ਨਵੰਬਰ 19 ਅੱਜ ਦੇ ਦਿਨ ਇਨੀ 31 ਜਨਵਰੀ ਸੱਚ ਕੱਲ ਦੇ ਦਿਨ 31 ਜਨਵਰੀ 1950 ਨੂੰ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਵੀ ਆਪਾਂ ਹਾਈਡਰੋਜਨ ਬੰਬ ਤਿਆਰ ਕਰ ਰਹੇ ਆ ਤੇ ਫਿਰ 1 ਨਵੰਬਰ 1952 ਨੂੰ ਦੁਨੀਆ ਦਾ ਸਭ ਤੋਂ ਪਹਿਲਾ ਹਾਈਡਰੋਜਨ ਬੰਬ ਸੋ ਕਿੰਨਾ ਕੇ ਖਤਰਨਾਕ ਸੀ ਜਿਹੜੇ ਹਿਰੋਸ਼ੀਮਾ ਨਾਗਾਸਾਕੀ ਤੇ ਬੰਬ ਸਿੱਟੇ ਸੀ ਇਹ ਤਾਂ ਭਰਾਵੋ ਕੀ ਕਵਾਂ ਹੁਣ ਤੁਹਾਨੂੰ ਇਹ ਤਾਂ ਕੁੱਕੜ ਬੰਬ ਸੀਗੇ ਸੋ ਮਾਈਕ ਹਾਈਡਰੋਜਨ ਬੰਬ 1952 ਚ ਨਵੰਬਰ ਚ ਅਮਰੀਕਾ ਨੇ ਪਟਾਕੇ ਪਾਤੇ ਦੁਨੀਆ ਸੋ ਦੇਖ ਸਕਦੇ ਆ ਜਿਹੜੇ ਆਪਣੇ ਹਿਰੋਸ਼ੀਮਾ ਨਾਗਾਸਾਕੀ ਵਾਲੇ ਬੰਬ ਇਹਨਾਂ ਦਾ ਜਿਹੜਾ ਪੜਾਕਾ ਸੀ ਇਹਨਾਂ ਦੀ ਹਾਈਟ ਕਿੰਨੀ ਸੀ ਹੈ ਨਾ ਮਾਉਂਟ ਐਵਰੇਸਟ ਜਿੰਨੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ 8848 ਮੀਟਰ ਇੰਨੀ ਕਿ 40000 ਫੁੱਟ ਤੇ ਕਮਰਸ਼ੀਅਲ ਪਲੇਨ ਉੱਡਦੇ ਆ ਤੇ ਫਿਰ ਭਾਈ ਜੀ ਜੇ ਅਮਰੀਕਾ ਨੇ ਮਾਈਕ ਹਾਈਡਰੋਜਨ ਬੰਬ 52 ਜੀ ਤਿਆਰ ਕਰਦਾ ਫਿਰ ਰਸ਼ੀਆ ਕਿੱਥੋਂ ਪਿੱਛੇ ਰਹਿੰਦਾ ਉਹ ਰਸ਼ੀਆ ਨੇ ਅਕਤੂਬਰ 1961 ਚ ਕੀਤਾ ਫਿਰ ਤਸਾਰ ਬੰਬ ਬਾਾਈ ਜੀ ਸੈਂਕੜੇ ਨਹੀਂ ਹਜ਼ਾਰਾਂ ਹਾਂਜੀ ਹਜ਼ਾਰਾਂ ਕਿਲੋਮੀਟਰ ਤੱਕ ਇਨੀ ਬਸ ਮਤਲਬ ਪਈ ਇਨੀ ਕਿਸੇ ਤੇ ਸਿੱਟਿਆ ਨਹੀਂ ਸੀ ਇਨੀ ਪ੍ਰਯੋਗ ਹੀ ਕੀਤਾ ਸੀ ਹਾਈਡਰੋਜਨ ਬੰਬ ਦਾ ਤਸਾਰ ਬੰਬਾ ਦੁਨੀਆ ਦਾ ਸਭ ਤੋਂ ਖਤਰਨਾਕ ਬੰਬ ਬਾਈ ਜੀ ਤਸਾਰ ਬੰਬਾ ਅਜੇ ਤੱਕ ਵੀ ਹਾਂਜੀ ਇਹ ਰਸ਼ੀਆ ਵਾਲਿਆਂ ਨੇ ਅਕਤੂਬਰ 1961 ਚੀ ਦਾ ਪ੍ਰਯੋਗ ਕੀਤਾ ਸੀਗਾ ਤੇ ਆਹ ਜਿਹੜੇ ਆ ਹਿਰੋਸ਼ੀਮਾ ਨਾਗਾਸਾ키 ਤੇ ਅਮਰੀਕਾ ਨੇ ਸਿੱਟੇ ਸੀ ਇਹ ਤਾਂ ਭਰਾਵਾ ਹੁਣ ਫੁੱਲ ਝੜੀਆਂ ਹੀ ਸੀਦੇ ਮੋਰੇ ਤੁਸੀਂ ਆਪ ਆਈਡੀਆ ਲਾ ਲਓ ਪਈ ਤੁਮਾਕਾ ਕੀਤੇ ਤੇ ਕਿੱਡਾ ਤਕੜਾ ਸੀ ਇਹ ਹੈਨਾ ਸੋ ਤਸਾਰ ਬੰਬਾ ਫਿਰ ਹੈਨਾ ਮਾਈਕ ਦਾ ਕਿਉਂਕਿ ਅਮਰੀਕਾ ਨੇ ਮਾਈਕ ਹਾਈਡਰੋਜਨ ਬੰਬ ਤਿਆਰ ਕਰ ਲਿਆ ਸੀ ਫਿਰ ਰਸ਼ੀ ਆਲੇ ਕਹਿੰਦੇ ਆ ਜਾਓ ਫਿਰ ਆਪਾਂ ਕਹਿੰ ਨੂੰ ਟਲਦੇ ਆ ਤੇ ਹੋਰ ਆ ਤੁਹਾਨੂੰ ਇੱਕ ਹੋਰ ਚੀਜ਼ ਦਿਖਾ ਦੇਣਾ ਸੋ ਬਾਈ ਜੀ ਬੰਦਾ ਜਿੰਨੇ ਮਰਜੀ ਬੰਬ ਬੂੰਬ ਬਣਾ ਲਵੇ ਕੁਦਰਤ ਮੋਰੇ ਬੰਦਾ ਜ਼ੀਰੋ ਆ ਇੱਚ ਕੋਈ ਸ਼ੱਕ ਨਹੀਂ ਹੈਨਾ ਸੋ ਆ ਟ੍ਰਿਨਿਟੀ ਇੱਕ ਬੰਬ ਆ ਜਿਹੜਾ ਹਿਰੋਸ਼ੀਮਾ ਤੇ ਸਿੱਟਿਆ ਉਹਦੇ ਧਮਾਕੇ ਦਾ ਕਿੰਨਾ ਅਸਰ ਸੀ ਸੋ ਆਈਡੀਆ ਹੋ ਜਾਂਦਾ ਹੈਨਾ ਕਿੰਨਾ ਉੱਡਿਆ ਬਟਾਇਵਰ ਸੋ ਇੱਕ ਫਿਰ ਕਾਸਲੇ ਰੋਮਿਓ ਹੋਇਆ ਅਤਸਾਰ ਬੰਬਾ ਤਸਾਰ ਬੰਬੇ ਦਾ ਵੀ ਗਾਂ ਪਾਪਾ ਆ ਉਹ ਕੌਣ ਆ ਜੀ ਉਹ ਪਾਪਾ ਆ ਜੀ ਤੰਬੋਰਾ ਤੰਬੋਰਾ ਕੋਈ ਬੰਬ ਨਹੀਂਗਾ ਇਹ ਰੱਬ ਦਾ ਧਮਾਕਾ ਆ ਹਾਂਜੀ ਇਹ ਕੁਦਰਤ ਦਾ ਧਮਾਕਾ ਆ ਇਹ ਆ ਜੀ ਇੰਡੋਨੇਸ਼ੀਆ ਚ 1815 ਚ ਇੱਕ ਜਵਾਲਾਮੁਖੀ ਚ ਪੜ ਆ ਕਾਬਿਆ ਸੀਗਾ ਤੇ ਇਹ ਟੈਂਬੋਰਾ ਤੋਂ ਲੱਖਾਂ ਲੋਕ ਮਰ ਗਏ ਸੀ ਜਵਾਲਾਮੁਖੀ ਇੰਡੋਨੇਸ਼ੀਆ ਚ ਅਜੇ ਵੀ ਹੁੰਦੀ ਰਹਿੰਦੇ ਆ ਸਤਸਾਰ ਬੰਬਾ ਜਿਹੜਾ ਮਨੁੱਖ ਦਾ ਸਭ ਤੋਂ ਖਤਰਨਾਕ ਕਿਹਾ ਜਾਂਦਾ ਬੰਬ ਤੇ ਧਮਾਕਾ ਉਹਦਾ ਵੀ ਗਾ ਜੰਪਿਆ ਪਾਪਾ ਤੈਂ ਬੋੜਾ ਇਹ ਜੀ ਇੱਕ ਪਹਾੜੀ ਆ ਇੰਡੋਨੇਸ਼ੀਆ ਚ ਉੱਥੇ ਹੋਇਆ ਸੀ ਤੇ ਉੱਥੇ ਦੇਖ ਸਕਦੇ 1815 ਚ ਉਹ ਜਵਾਲਾਮੁਖੀ ਦਾ ਧਮਾਕਾ ਹੋਇਆ ਸੀ 1922 ਚਲਦਾ ਉਹਦਾ ਅਸਰ ਅਜੇ ਤੱਕ ਵੀ ਉੱਥੇ ਹੈਗਾ ਉੱਥੇ ਦੇ ਲੋਕਾਂ ਦੇ ਤੁਸੀਂ ਦੇਖ ਲਓ ਬਾਈ ਜੀ ਸੋ ਆ ਦੇਖ ਸਕਦੇ ਆ ਇਦਾਂ ਜਵਾਲਾਮੁਖੀ ਫੇਰ ਪੜਾਕੇ ਪਾਉਂਦੇ ਆ ਹਨਾ ਸੋ ਆਪਣੀ ਰੀਚ ਬਹੁਤ ਹੀ ਜ਼ਿਆਦਾ ਘਟ ਗਈ ਆ ਬਾਈ ਜੀ ਸੋ ਤੁਹਾਨੂੰ ਹੁਣ ਭਰਾਓ ਤੁਹਾਡਾ ਮੇਰੇ ਨਾਲ ਖੜਨ ਦਾ ਟਾਈਮ ਆ ਆਪਾਂ ਤਾਂ ਜਿੰਨੇ ਜੋਗੇ ਹੈਗੇ ਕਮਿਊਨਿਟੀ ਨਾਲ ਖੜੇ ਦੋ ਫੋਟੋਆਂ ਤੁਹਾਨੂੰ ਦਿਖਾਉਣਾ ਸੋ ਮੈਂ ਤਾਂ ਆਪਣੇ ਵੱਲੋਂ ਕੱਲ ਦਿੱਲੀ 'ਚ ਜਿਹੜਾ ਕੁੜੀ ਨਾਲ ਹੋਇਆ ਉਹਦੀ ਵੀ ਮੈਂ ਐਡ ਵੀ ਲਾਈ ਆ ਸਪੈਸ਼ਲੀ 20 30 ਡਾਲਰ ਖਰਚ ਕੇ ਸੋ 10 ਡਾਲਰ ਜੇ ਤੱਕ ਖਰਚ ਹੋ ਚੁੱਕੇ ਆ ਦੇਖ ਸਕਦੇ ਆ ਹਨਾ ਸੋ ਮੈਂ ਤਾਂ ਉਹ ਚਾਹਣਾ ਵੀ ਉਹ ਗੱਲ ਵੱਧੋ ਵੱਧ ਪਹੁੰਚੇ ਆਪਣੀ ਰੀਚ ਇੰਨੀ ਘਟ ਗਈ ਆ ਬਾਈ ਜੀ ਆਪਣੀਆਂ ਵੀਡੀਓ ਮਿਲੀਅਨ ਮਿਲੀਅਨ ਹੁੰਦੀਆਂ ਸੀ ਤੇ ਦੇਖ ਸਕਦੇ ਹੁਣ 1 ਲੱਖ ਵੀ ਨਹੀਂ ਹੁੰਦਾ ਵਿਊ ਹਨਾ ਆ ਦੇਖੋ ਇੱਥੇ ਪੈਸੇ ਵੀ ਲਾਏ ਆ ਤਾਂ ਵੀ 40000 ਵਿਊ ਸੋ ਆ ਦੇਖ ਸਕਦੇ ਆ ਰਾਤੀ ਵੀਡੀਓ ਪਾਈ 17200 ਲੱਖ ਵੀ ਨਹੀਂ ਹੁੰਦਾ ਵੀਡੀਓ ਦਾ ਵਿਊ ਇਹਦਾ ਚੱਕਰ ਕੀ ਆ ਚੱਕਰ ਭਾਈ ਜੀ ਮੇਰੀਆਂ ਆਪਣੀਆਂ ਹੀ ਭਈ ਗਲਤੀਆਂ ਨਹੀਂ ਕਹਿ ਸਕਦਾ ਭਈ ਮੈਂ ਭਈ ਭਾਈਚਾਰਿਆਂ ਜਿੱਥੇ ਲੋਡ ਆਪਾਂ ਜਾਈਦਾ ਅਕਾਊਂਟ ਮੇਰਾ ਰੈਸਟ੍ਰਿਕਟਡ ਹੋਇਆ ਆ ਯੂ ਹੈਵ ਮਲਟੀਪਲ ਰੈਸਟ੍ਰਿਕਸ਼ਨਸ ਮਲਟੀਪਲ ਰੈਸਟ੍ਰਿਕਸ਼ਨਸ ਭਾਵ ਭਈ ਮੈਂ ਮੈਨੂੰ ਪਤਾ ਸੀ ਭਈ ਭਾਈ ਇਦਾਂ ਕਰੇ ਤੇ ਇਦਾਂ ਹੋ ਜਾਣਾ ਤੁਸੀਂ ਵੀ ਭਾਵੇਂ ਦੇਖ ਲਿਓ ਹਨ ਆਪਣੇ ਸਿੰਘਾ ਸ਼ੀਦਾਂ ਦੀਆਂ ਜਾਂ ਸੰਤ ਪਿੰਡਰਾਂ ਵਾਲਿਆਂ ਦੀ ਕੋਈ ਫੋਟੋ ਜਾਂ ਵੀਡੀਓ ਪਾਇਓ ਦੇਖਿਓ ਤੁਹਾਡਾ ਅਕਾਊਂਟ ਵੀ ਨਹੀਂ ਚੱਕ ਦੇਣਾ ਹਨਾ ਸੋ ਮੈਨੂੰ ਪਤਾ ਸੀਗਾ ਪਰ ਨਹੀਂ ਮੈਂ ਕਹਾ ਨਹੀਂ 26 ਜਨਵਰੀ ਨੂੰ ਆਪਣੀ ਐਮਬੈਸੀ ਮੋਰੇ ਮੈਂ ਗਿਆ ਨਾਰੇਬਾਜੀ ਕੀਤੀ ਵੀਡੀਓ ਵੀ ਕੀਤੀ ਤੇ ਉਦੋਂ ਦਾ 26 ਜਨਵਰੀ ਦਾ ਆ ਦੇਖ ਸਕਦੇ ਆ ਜੀ 26 ਜਨਵਰੀ ਦੇ ਆਪਣੇ ਪੂਰੀਆਂ ਪਾਬੰਦੀਆਂ ਉਧਰ ਕੈਮਰੇ ਮੋਰੇ ਅਗੇ ਦੋ ਗੱਲਾਂ ਹੋਰ ਕਰਨੀਆਂ ਸੋ 26 ਜਨਵਰੀ ਦਾ ਆਪਣਾ ਖਾਤਾ ਦੇਖ ਸਕਦੇ ਆ 23 ਦਿਨ ਹੋਰ ਰਹਿ ਗਏ ਆ ਮਹੀਨੇ ਲਈ ਕੀਤਾ ਆ ਹੀ ਨਹੀਂ ਸੋ ਅੱਜ ਪਹਿਲੀ ਹੋ ਗਈ 24 ਤਰੀਕ ਨੂੰ ਠੀਕ ਹੋਣਾ ਸਾਰਾ ਕੰਮ 24 ਤਰੀਕ ਤੱਕ ਆਪਣੀ ਵੀਡੀਓ ਕਿਸੇ ਨੇ ਸੁਣੀ ਨਹੀਂ ਸੋ ਦੇਖ ਸਕਦੇ ਆ ਯੂਰ ਪੋਸਟਸ ਵਿਲ ਬੀ ਲੋਅਰ ਇਨ ਨਿਊਜ਼ ਫੀਡ ਫਾਰ 23 23 ਦਿਨ ਹੋਰ ਰਹਿੰਦੇ ਆ ਸੋ ਹਨਾ ਸੋ ਆਪਣਾ ਮਤਲਬ 23 ਦਿਨ ਤੱਕ ਆਪਣੀ ਗੱਲ ਹੋਰ ਪਹੁੰਚਣੀ ਨਹੀਂ ਪਰ ਤੁਸੀਂ ਪਹੁੰਚਾ ਸਕਦੇ ਜੇ ਤੁਸੀਂ ਸਾਥ ਦੋ ਮੇਰਾ ਤੇ ਤੁਸੀਂ ਪਹੁੰਚਾ ਸਕਦੇ ਹੁਣ ਤੁਹਾਨੂੰ ਦਿਖਾਉਣਾ ਕੈਨੇਡਾ ਦੇ ਵੀਜ਼ੇ ਲਈ ਤੁਸੀਂ ਲਿੰਕ ਕਿੱਦਾਂ ਦੇਖ ਸਕਦੇ ਤੇ ਭਰਾਵਾ ਵਿਊ ਹੁੰਦੇ ਨਹੀਂ ਕਲਿੱਕਾਂ ਕਿਥੋਂ ਨਹੀਂ ਆ 700 ਕਲਿੱਕਾਂ ਹਨਾ ਸੋ ਗੱਲ ਮੁੱਕਦੀ ਬਾਈ ਜੀ ਰੇਡੀਓ ਤੇ ਜਾਣ ਲੋ ਵੀ ਨਹੀਂ ਮੇਰਾ ਤਾਂ ਦਿਲ ਕਰਦਾ ਐਵੇਂ ਹੀ ਗਮਾ ਹਨਾ ਸੋ ਇੰਨਾ ਸਟੱਡੀ ਕਰਕੇ ਜੋ ਵੀ ਆ ਹਨਾ ਜਦੋਂ ਗੱਲੇ ਹੀ 10000 ਲੋਕਾਂ ਤੱਕ ਪਹੁੰਚਣੀ ਬੰਦੇ ਦਾ ਫਿਰ ਕਿਥੋਂ ਦਿਲ ਕਰਦਾ ਰੇਡੀਓ ਤੇ ਮੈਂ ਤਾਂ ਹੀ ਨਹੀਂ ਜਾਂਦਾ ਹੋਰ ਕੋਈ ਚੱਕਰ ਨਹੀਂਗਾ ਸੁਰਕੁਐਸਟ ਹੈ ਜੀ ਵੱਧੋ ਵੱਧ ਆਪਣੀ ਵੀਡੀਓ ਸ਼ੇਅਰ ਕਰੋ 20 25 ਦਿਨਾਂ ਜੇ ਆਪਣੀ ਵੀਡੀਓ ਲੋਕਾਂ ਅੱਗੇ ਜਿਹਨੇ ਨਹੀਂ ਫੋਲੋ ਕੀਤਾ ਉਹਨਾਂ ਅੱਗੇ ਨਹੀਂ ਜਾਣੀ ਤੁਸੀਂ ਸਾਥ ਦੇ ਕੇ ਵੀਡੀਓ ਨਹੀਂ ਸ਼ੇਅਰ ਕਰ ਸਕਦੇ ਲਾਈਕ ਤੇ ਕਲਿੱਕ ਕਰ ਦਿਆ ਕਰੋ ਫਿਰ ਜਿਹੜੀ ਵੀਡੀਓ ਤੇ ਜ਼ਿਆਦਾ ਲਾਈਕ ਹੋਣ ਫਿਰ ਫੇਸਬੁਕ ਮਾੜਾ ਮੋਟਾ ਰეკਮੈਂਡ ਕਰ ਲਾ ਪੈਂਦੀ ਆ ਸੋ ਜੇ ਮੈਂ ਚਾਹੁੰਦਾ ਜਿੱਦਾਂ ਬਲੌਗਰ ਪੈਸੇ ਕਮਾਉਂਦੇ ਆ ਜਾਂ ਹੋਰ ਸਾਰੇ ਹਨਾ ਪਈ ਨਾ ਉਹ ਨਹੀਂ ਸਰਕਾਰਾਂ ਵਿਰੁੱਧ ਬੋਲਣਾ ਨਾ ਕੁਛ ਨਾ ਜੋ ਦਿੱਲੀ 'ਚ ਰੇਪ ਹੋਇਆ ਉਹਦੇ ਬਾਰੇ ਹਨਾ ਉਹ ਸੇਫ ਖੇਲਦੇ ਆ ਸਭ ਮੈਨੂੰ ਵੀ ਪਤਾ ਵੀ ਬਾਈ ਜੀ ਜੇ ਮੈਂ ਆ ਵੀਡੀਓ ਕਰੂੰ ਆ ਗੱਲ ਬੋਲੂੰ ਮੇਰਾ ਅਕਾਊਂਟ ਚੱਕ ਹੋ ਜਾਣਾ ਐਡ ਉੱਡ ਜਾਣੀ ਹਨਾ ਸੋ ਮੈਨੂੰ ਪਤਾ ਸੀ ਸਾਰਾ ਹਨਾ ਜੇ ਮੈਂ ਉਹਨਾਂ ਵਾਂਗੂੰ ਹੁੰਦਾ ਵੀ ਕੱਲਾ ਪੈਸੇ ਕਮਾਉਣ ਤੇ ਲੱਕ ਧਰਿਆ ਮੈਂ ਵੀ ਨਾ ਐਸੀ ਮੋਰੀ ਜਾਂਦਾ ਮੈਂ ਵੀ ਨਾ ਵੀਡੀਓ ਪਾਉਂਦਾ ਹਨਾ ਜੋ ਵੀ ਆ ਪਰ ਨਹੀਂ ਜੀ ਯਾਰ ਫਿਰ ਪੈਸਾ ਹੀ ਥੋੜਾ ਸਾਰਾ ਕੁਝ ਹੋ ਗਿਆ ਜਮੀਰ ਵੀ ਕੋਈ ਚੀਜ਼ ਹੁੰਦੀ ਕੋ ਬਾਕੀ ਓਕੇ ਜੀ ਕੋਈ ਰਿਕੁਐਸਟ ਆ ਲਿੰਕ ਜਰੂਰ ਕਲਿੱਕ ਕਰ ਦੋ ਤੇ ਲਿੰਕ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਵਾ ਜੀ ਪੁੱਛਦੇ ਰਹਿੰਨੇ ਭਾਜੀ ਕੈਨੇਡਾ ਲਈ ਕੀ ਕੀ ਚਾਹੀਦਾ ਕਿੰਨੇ ਪੈਸੇ ਚਾਹੀਦੇ ਆ ਕਿਹੜਾ ਤਜਰਬਾ ਚਾਹੀਦਾ ਆ ਹਨਾ ਕੀ ਚਾਹੀਦਾ ਸਾਰਾ ਹੀ ਭਰਾਵੋ ਸਾਰੇ ਸਾਰੀਆਂ ਗੱਲਾਂ ਦਾ ਜਵਾਬ ਸਾਰਿਆਂ ਨੂੰ ਰਿਪਲਾਈ ਇਕੱਲਾ ਇਕੱਲਾ ਨਹੀਂ ਹੁੰਦਾ ਦੇ ਸੋ ਭਰਾਵੋ ਇਹਦਾ ਹੱਲ ਆਪਾਂ ਲੱਭ ਲਿਆ ਆ 2 ਲੱਖ ਲੋਕ ਐਡ ਹੋ ਸਕਦੇ ਆ ਟੈਲੀਗ੍ਰਾਮ ਤੇ ਸੋ ਆ ਲਿੰਕ ਵੀ ਪਾਤਾ ਜੀ ਆ ਦੇਖ ਸਕਦੇ ਆ ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਜੀ ਨੇ ਅੱਜ ਬਿਆਨ ਦਿੱਤਾ ਉਹਦਾ ਲਿੰਕ ਮੈਂ ਪਾਤਾ ਆ ਅੱਜ ਸੋ ਤੁਸੀਂ ਆਪ ਆ ਦੇ 7:57 ਤੇ ਹੁਣ ਇੱਥੇ ਟਾਈਮ ਹੋਇਆ 8:40 ਦੇਖੋ ਆਪਾਂ ਤਾਂ ਲਿੰਕ ਪੜ ਲਿਓ ਉੱਤੇ ਸਾਰਾ ਕੁਝ ਲਿਖਿਆ ਆ ਸੋ ਸਾਰੀਆਂ ਤੁਹਾਡੀ ਇਮੀਗ੍ਰੇਸ਼ਨ ਵਾਲੀਆਂ ਗੱਲਾਂ ਦੇ ਰਿਪਲਾਈ ਆ ਦੇਖੋ 31 ਜਨਵਰੀ ਕੱਲ ਇਮੀਗ੍ਰੇਸ਼ਨ ਮਨਿਸਟਰ ਜੀ ਨੇ ਕਿਹਾ ਤੇ 85 ਮਿਲੀਅਨ ਡਾਲਰ ਇਹਨਾਂ ਨੇ ਆ 85 ਮਿਲੀਅਨ ਖਰਚੇ ਆ ਬਾਈ ਜੀ ਪ੍ਰੋਸੈਸ ਹੁਣ ਤੇਜ਼ ਹੋ ਜਾਣਾ ਹਾਇਰਿੰਗ 500 ਨਿਊ ਸਟਾਫ ਸੋ ਪ੍ਰੋਸੈਸ ਤੇਜ਼ ਹੋ ਜਾਣਾ ਬੀਜੇ ਹੁਣ ਲੱਗਣ ਲੱਪਣੇ ਆ ਕਿੰਨੇ ਲੋਕ ਹੋਰ ਚਾਹੀਦੇ ਆ ਤੇ ਸਾਰੇ ਕੁਸ਼ੀਚ ਲਿੰਕ ਤੇ ਤੁਸੀਂ ਆਪ ਪੜ ਸਕਦੇ ਆ ਸੋ ਇਹ ਲਿੰਕ ਕਿੱਥੋਂ ਪੜਨਾ ਬਾਈ ਜੀ ਇੰਦੀ ਜਸਵਾਲ ਟੈਲੀਗ੍ਰam ਤੇ ਸਰਚ ਕਰ ਲਓ ਇੰਦੀ ਜਸਵਾਲ 85 ਉਹ ਬੰਦਾ ਹੋਇਆ ਜੇ 2 ਲੱਖ ਬੰਦਾ ਇਸ ਚ ਐਡ ਹੋ ਸਕਦਾ ਇਤੇ ਆਪਾਂ ਕੈਨੇਡਾ ਦੇ ਵੀਜ਼ਿਆਂ ਦੇ ਬਾਕੀ ਹੋਰ ਲਿੰਕ ਪਾਇਆ ਕਰ ਨੇ ਹਿੰਦੀ ਚ ਸਵਾਲ ਟੈਲੀਗ੍ਰam ਤੇ ਸਰਚ ਕਰ ਲਓ ਜਿਹਨੂੰ ਨਹੀਂ ਲੱਭਦਾ ਬਾਈ 236 512 ਆਪਣਾ ਜਿਹੜਾ ਨੰਬਰ ਆ ਆਪਣਾ ਰੇਡੀਓ ਵਾਲਾ 236 ਜਿਹੜਾ ਕਹਿਤਾ ਉਹ ਤੂੰ ਰੇਡੀਓ ਦਾ ਨੰਬਰ ਵੀ ਭੁੱਲ ਗਿਆ ਤੇ ਨੰਬਰ ਦਿਖਾ ਦੇਣਾ ਇਸੇ ਨੰਬਰ ਤੇ ਮੈਨੂੰ ਟੈਲੀਗ੍ਰਾਮ ਤੇ ਮੈਸੇਜ ਕਰ ਦਿਓ ਮੈਂ ਲਿੰਕ ਤੁਹਾਨੂੰ ਪ੍ਰੋਵਾਈਡ ਕਰ ਦਿੰਦਾ ਸੋ ਸਾਰੇ ਟੈਲੀਗ੍ਰਾਮ ਤੇ ਆ ਜਾਓ ਬਾਈ ਜੀ 236 412 0325 ਇਸ ਨੰਬਰ ਤੇ ਟੈਲੀਗ੍ਰਾਮ ਤੇ ਮੈਸੇਜ ਕਰ ਦਿਓ ਲਿੰਕ ਮੈਂ ਦੇ ਦਿੰਦਾ ਆ ਸੋ ਤੁਹਾਡੇ ਸਾਰੇ ਕੈਨੇਡਾ ਵਾਲੀਆਂ ਗੱਲਾਂ ਦੇ ਜਿੱਦਾਂ ਜਿੱਦਾਂ ਰਿਪੋਰਟਾਂ ਆਉਂਦੀਆਂ ਕੈਨੇਡਾ ਦੇ ਵੀਜ਼ਿਆਂ ਦੀਆਂ ਆਪਾਂ ਉੱਤੇ ਟੈਲੀਗ੍ਰਾਮ ਤੇ ਪਾਈ ਜਾਣੀਆਂ ਆ ਹਾਂਜੀ ਸੋ ਸਭ ਤੋਂ ਪਹਿਲਾਂ ਬਾਈ ਤੁਹਾਨੂੰ ਟੈਲੀਗ੍ਰਾਮ ਆਪਣੇ ਫੋਨ 'ਚ ਹੋ ਐਪ ਆ ਟੈਲੀਗ੍ਰਾਮ ਹੈ ਲੱਭ ਕੇ ਐਡ ਕਰਨੀ ਪੈਣੀ WhatsApp ਦੇ ਮੰਗੋ ਹੀ ਆ ਸੁਵਿਧਿਤੇ ਆਓ ਤਿੰਨ ਦੀ ਜ ਸਵਾਲ ਆਪਣਾ ਸਰਚ ਕਰਿਓ ਤੇ 8599 ਓਕੇ ਜੀ ਤੇ ਇਹ ਨੰਬਰ ਤੇ ਮੈਨੂੰ ਟੈਲੀਗ੍ਰਾਮ ਤੇ ਮੈਸੇਜ ਕਰ ਦਿਓ ਤੇ ਗਰੁੱਪ ਦਾ ਲਿੰਕ ਮੈਂ ਪਾਈ ਜਨਾ ਐਸੀ ਆਪਣੀ ਜਿਹੜੀ Facebook ਦੀ ਆਪਣੀ ਵੀਡੀਓ ਚੱਲਦੀ ਪਈ ਆ ਮੈਂ ਇੱਥੇ ਵੀ ਪਾ ਦਿੰਨਾ ਆ ਲਿੰਕ ਹਾਂਜੀ ਮੈਂ ਇੱਥੇ ਵੀ ਲਿੰਕ ਪਾ ਦਿੰਨਾ ਤਾਂ ਜੋ ਤੁਸੀਂ ਡਾਇਰੈਕਟ ਆਪਣੇ ਇੱਥੇ ਆ ਜਾਓ ਆਪਣੀ ਵੀਡੀਓ ਚੱਲਦੀ ਪਈ ਆ ਹਨਾ ਇਿੱਤੇ ਮੈਂ ਲਿੰਕ ਪਾ ਦਿੰਨਾ ਆ ਆ ਦੇ ਹਨਾ ਸੋ ਜਾਂਦੇ ਜਾਂਦੇ ਬਾਈ ਜੀ ਰਿਕੁਐਸਟ ਇਹੀ ਆ ਆ ਦੇਖੋ ਲਿੰਕ ਪਾਇਓ ਸਾਰੀਆਂ ਵੀਡੀਓ ਤੇ ਰੇਡੀਓ ਦਾ ਵੀ ਕਲਿੱਕ ਕਰ ਦੋ ਭਰਾਵੋ ਹਨਾ ਸੋ ਤੁਹਾਡੇ ਸਿਰ ਤੇ ਹੀ ਮੈਂ ਬੜਕਾ ਮਾਰਦਾ ਜੇ ਤੁਸੀਂ ਸਾਥ ਛੱਡ ਗਏ ਹੁਣ ਮੇਰਾ ਜੀ ਨਹੀਂ ਕਰਦਾ ਜਾਣ ਨੂੰ ਨਾ ਆਪਣੇ ਵਿਊ ਹੁੰਦੇ ਨਾ ਕਲਿੱਕ ਹੁੰਦੀ ਫੇਸਬੁੱਕ ਤੇ ਐਡ ਨਹੀਂ ਆਉਂਦੀ ਸਟਾਰ ਨਹੀਂ ਆਉਂਦੇ ਕੁਝ ਨਹੀਂ ਆਉਂਦਾ ਤੁਸੀਂ ਦੱਸੋ ਬੰਦਾ ਕੀ ਕਰੂ ਹਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮੈਂ ਪੇਡਾ ਦੀ ਮੈਂ ਘਰਾਵਾਂਗੇ ਇੱਕ ਸਿਰੇ ਤੇ ਐਡ ਆਉਣੀ ਆ ਜੀ ਇੱਕ ਆ ਮੇਰੇ ਸਿਰ ਤੇ ਆਉਣੀ ਆ ਇੱਥੇ ਕਲਿੱਕ ਕਰਕੇ ਤੁਸੀਂ ਬੈਕ ਆ ਜਾਣਾ ਹਨਾ ਲਓ ਇੰਨਾ ਕੰਮ ਆ ਯਾਰ ਇੰਨਾ ਨਹੀਂ ਹੁੰਦਾ ਤਾਂ ਫਿਰ ਮਾੜੀ ਗੱਲ ਆ ਹਨਾ ਸੋ ਬਾਈ ਜੀ ਉਹੀ ਗੱਲ ਆ ਭਈ ਹੁਣ ਕੀ ਕਰਾਂ ਹਨਾ ਲਓ ਇੰਨਾ ਦੋਨਾਂ ਐਡਾਂ ਤੇ ਕਲਿੱਕ ਹੋ ਜਾਂਦੀ ਆ ਤੇ ਓਕੇ ਜੀ ਕਰ ਦਿਓ ਜੀ ਆ ਜਾਓ ਫਿਰ ਸਾਰੇ ਤੇ ਬਾਕੀ ਤੇ ਕ ਇਮੀਗ੍ਰੇਸ਼ਨ ਵਾਲੇ ਨੇ 500 ਕਰੋੜ ਦੀ ਬਿਲਡਿੰਗ ਲਈ ਸਰੀਚ 500 ਕਰੋੜ ਰੁਪਏ ਦੀ ਬਿਲਡਿੰਗ ਤੇ ਉਸ ਕੋਲ ਦੋ 골ਫ ਕੋਰਸ ਹੈ 골ਫ ਦੁਨੀਆ ਦੀ ਸਭ ਤੋਂ ਮਹਿੰਗੀ ਗੇਮ ਆ ਜਿਹੜੀ ਐ ਖੇលਦੇ ਹੁੰਦੇ ਆ ਤੇ ਲੈਂਬਰਗਿਨੀ ਵੀ ਬਾਈ ਜੀ ਸਰੀਚ ਕਿਸੇ ਹੋਰ ਕੋਈ ਨਹੀਂ ਹੈ ਨਹੀਂ ਉਸੇ ਬੰਦੇ ਕੋ ਆ ਪੈਸਾ ਹੀ ਸੜਾ ਇਮੀਗ੍ਰੇਸ਼ਨ ਚ ਆਪਾਂ ਐ ਨਹੀਂ ਪਕਾਈ ਮਾਰੀ ਜੰਨੇ ਆ ਬਹੁਤ ਪੈਸਾ ਇਮੀਗ੍ਰੇਸ਼ਨ ਚ ਬਾਈ ਜੀ ਬਹੁਤ ਜ਼ਿਆਦਾ ਪੈਸਾ ਇਮੀਗ੍ਰੇਸ਼ਨ ਚ ਪੈਸਾ ਸਰੀਚ ਕੀਤੇ ਕੀਤੇ ਕੋਲ ਆ ਤੁਹਾਨੂੰ ਦੱਸ ਦਿੰਦਾ ਜਾਂਦਾ ਜਾਂਦਾ ਇਹ ਕ ਇਮੀਗ੍ਰੇਸ਼ਨ ਚ ਐਲ ਐ ਐਮ ਓ ਅੱਜ ਉਹ 74 ਕਹੀ ਆ ਡਾਲਰ ਮਤਲਬ 35 ਲੱਖ ਰੁਪਈਆ ਹੈਨਾ ਇਮੀਗ੍ਰੇਸ਼ਨ ਚ ਰੀਅਲਟਰ ਜਿਹੜੇ ਘਰ ਵੇਚਦੇ ਆ ਜਿਹੜੇ ਘਰਾਂ ਦੀ ਮੌਰਗੇਜ ਕਰਦੇ ਆ ਜਾਂ ਜਿਨੀ ਆਪਣੇ ਇਮਾਰਤਾਂ 'ਚ ਪੈਸਾ ਇਨਵੈਸਟ ਕੀਤਾ ਤੁਸੀਂ ਆਪ ਸੋਚ ਕੇ ਦੇਖਿਓ 1998 ਦੀ ਬਿਲਡਿੰਗ ਉਹ ਤਿਆਰ ਐ ਏਦਾਂ ਹੀ ਖੜੀ ਐ ਕਿਸੇ ਨੂੰ ਗੋਰਿਆਂ ਨੇ ਦਿੱਤੀ ਨਹੀਂ ਸੀ ਕਹਿੰਦਾ ਇੱਕ ਕੋਈ ਬੰਦੇ ਨੂੰ ਉਹ ਬਿਲਡਿੰਗ ਦਊਂਗਾ ਤੇ ਇੱਕ ਬੰਦਾ ਉਹ ਆਪਣਾ ਪੰਜਾਬੀ ਆ ਜੀ 70 ਮਿਲੀਅਨ ਦੀ ਉਹਨੇ ਬਿਲਡਿੰਗ ਲੈ ਲਈ ਆ ਹੁਣ ਉੱਥੇ ਉਹਨੇ ਜਿਮ ਖੋਲਣ ਆਇਆ ਡੇ ਕੇਅਰ ਖੋਲਣ ਆਇਆ ਸਟੋਰ ਖੋਲਣਾ ਗਰੋਸਰੀ ਸਟੋਰ ਬਹੁਤ ਵੱਡੀ ਬਿਲਡਿੰਗ ਐ ਸਰੀ ਵਾਲਿਆਂ ਨੂੰ ਜਿਹਨੂੰ ਨਹੀਂ ਪਤਾ 104 ਤੇ ਜਾਂਦੇ ਆ ਇਹਨੂੰ ਗਿਲਫਰਡ ਮਾਲ ਤੋਂ ਥੋੜਾ ਪਿੱਛੇ ਰਾਈਟ ਸਾਹਤ ਆ 1998 ਤੋਂ ਦੇਖ ਲਓ ਕਿੰਨੇ ਸਾਲ ਹੋ ਗਏ 25 ਸਾਲ ਹੋ ਗਏ ਇਹਨੂੰ ਬਿਲਡਿੰਗ ਲਈ ਨਹੀਂ ਸੀ ਪੰਜਾਬੀ ਨੇ ਲਈ ਆ 500 ਕਰੋੜ ਰੁਪਏ ਦੀ ਪੈਸਾ ਬਹੁਤ ਐਮੀਗ੍ਰੇਸ਼ਨ 'ਚ ਭਰਵੋ ਬਹੁਤ ਜ਼ਿਆਦਾ ਮੈਂ ਵੀ ਕੋਰਸ ਕਰ ਰਿਹਾ ਐਮੀਗ੍ਰੇਸ਼ਨ ਦਾ ਤੇ ਓਕੇ ਜੀ ਮਿਲਦੇ ਆ ਇੱਕੋ ਹੀ ਰਿਕਵੈਸਟ ਤੇ ਹੱਥ ਜੋੜ ਕੇ ਕਲਿੱਕ ਕਰ ਦਿਓ ਲਿੰਕ ਪਾ ਦਿੰਨਾ ਟੈਲੀਗ੍ਰਾਮ ਤੇ ਵੀ ਆ ਜਾਓ ਤੇ ਆਪਣੀ ਐਡ ਤੇ ਵੀ ਕਲਿੱਕ ਕਰ ਦਿਓ ਰੇਡੀਓ ਤੇ ਆਪਣਾ ਨਹੀਂ ਦਿਲ ਕਰਦਾ ਜਾਣ ਸਿੱਧੀ ਜੀ ਗੱਲ ਆ ਤੇ ਮਿਲਦੇ ਆ ਜੀ ਸ਼ਾਮ ਨੂੰ ਨਵੀਂ ਵੀਡੀਓ ਨਾਲ ਕਲਿੱਕ ਕਰ ਦਿਓ ਓਕੇ ਸਤਿ ਸ਼੍ਰੀ ਅਕਾਲ